ਹਾਂਜੀ ਮਿੱਤਰੋ ਕੀ ਹਲਚਲ ਲਾਉ ਜੀ ਲੈ ਕੇ ਆ ਚੁੱਕਾ ਤੁਹਾਡੇ ਵਾਸਤੇ ਇੱਕ ਹੋਰ ਨਵੀਂ ਵੀਡੀਓ ਤਾਂ ਅੱਜ ਬਈ ਤੁਸੀਂ ਦੇਖ ਸਕਦੇ ਹੋ ਮਿੱਤਰੋ ਨੇਰਾ ਹੀ ਨੇਰਾ ਕਾਲੀ ਦੁਨੀਆ 'ਚ ਨੇਰੇ ਰਹਿਣੇ ਰਹਿਆ ਪਿਆ ਕਹਿੰਦੇ ਇਹ ਨੇਰੇ ਦਾ ਬਈ ਕੀ ਰਾਜ ਆ ਇਹ ਤੁਹਾਨੂੰ ਦੱਸਦੇ ਆਂ ਤਾਂ ਸਭ ਤੋਂ ਪਹਿਲਾਂ ਕਰ ਦੋ ਵੀਡੀਓ ਨੂੰ ਲਾਈਕ ਜੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਬਈ ਸਬਸਕ੍ਰਾਈਬ ਕਰ ਦੋ ਤਾਂ ਚਲੋ ਫਿਰ ਵਧਿਗੇ ਵੀਡੀਓ ਵੱਲ ਨੂੰ ਤੇ ਅੱਜ ਬਈ ਨੇਰੇ ਦਾ ਰਾਜ ਹੈਗਾ ਕੱਲ ਆਪਾਂ ਕੀਤਾ ਸੀਗਾ ਕੱਦੂ ਕੱਦੂ ਕਰਨ ਵਾਸਤੇ ਆਪਾਂ ਸਾਰੇ ਸੰਸਪਾ ਲੈ ਆ ਲੈ ਕੇ ਗਏ ਸੀ ਤੇ ਲੇ ਆਪਾਂ ਵਾਪਸ ਘਰੇ ਤੇ ਉਧਰ ਛੱਤੀ ਤੇ ਖੜਾ ਆਪਣਾ ਸਾਹਮਣੇ ਉਹ ਸਾਹਮਣੇ ਖੜਾ ਲੈਟਰਨ ਇਹ ਆ ਬਈ ਹੈਗਾ ਆਪਣਾ ਜੌਂਡੀ ਯਾਰ ਠੀਕ ਐ ਇਹ ਜੌਂਡੀ ਯਾਰ ਆਪਣੇ ਬਈ ਸੀਰੀਅਲ ਹੀ ਅਸੀਂ ਇੱਥੇ ਠੋਕਤਾ ਇੱਤੀ ਜੀ ਬਈ ਰਾਤ ਲੇਟ ਆਇਆ ਤੇ ਪਤੰਦਰ ਨੇ ਚੱਕ ਇੱਥੇ ਘੜਾਤਾ ਠੀਕ ਐ ਚਲੋ ਕੋਈ ਗੱਲ ਨਹੀਂ ਤਾਂ ਇਹਨੂੰ ਆਪਾਂ ਪਹਿਲਾਂ ਕਰ ਗਏ ਯਾਰ ਸਾਈਡ ਤੇ ਹੂੰ ਗੇਅਰ ਚ ਘੜਾ ਵੈਰੀ ਗੁੱਡ ਬਈ ਲਓ ਬਈ ਮਿੱਤਰੋ ਕਹਿੰਦੇ ਜੌਂਡੀ ਯਰ ਵਿੱਚ ਰੂਟਾ ਵੀਟਰ ਹੈ ਉਹ ਬੱਲੇ ਬਈ ਬੱਲੇ 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 ਗੱਲ ਤਾਂ ਕਹਿਤੀ ਪਰ ਯਾਦ ਨਹੀਂ ਰਹੀ ਤਾਂ ਜੋ ਗੇਅਰ ਆਪਾਂ ਕਲੱਚ ਨੱਪ ਕੇ ਪਾ ਸਕੀਏ ਪਤੰਦਰ ਨੇ ਸਿੱਧੇ ਠੋਕਤਾ ਸੀ ਆਰ ਡੀ ਆ ਹੈ ਨਾ ਬਈ ਦੇ ਗੇ ਬਦਲੀ ਜਾਂਦੇ ਦੇ ਠੀਕ ਹੈ ਲਓ ਜੀ ਲਓ ਲੈ ਛੜਤੀ ਕਹਿੰਦੇ ਇਹਨੂੰ ਕਰਗੇ ਥੋੜਾ ਸਾਈਡ ਤੇ ਭਈ ਆ ਛੱਤੀ ਦੀ ਖੜਾ ਆਪਣਾ ਸਵੇਰਾ ਹੋਇਆ ਪਿਆ ਤੇ ਸਵੇਰੇ ਹੋਣ ਕਰਕੇ ਆਪਾਂ ਕਿੱਥੇ ਜਾਣਾ ਮਿੱਤਰੋ ਤੁਹਾਨੂੰ ਪਤਾ ਹੀ ਹੈ ਸਵੇਰੇ ਸਵੇਰੇ ਕੀ ਕੰਮ ਹੁੰਦਾ ਕਦੂ ਤੋਂ ਬਾਅਦ ਕਦੂ ਤੋਂ ਬਾਅਦ ਸਵੇਰੇ ਸਵੇਰੇ ਭਈ ਆਪਾਂ ਲੈ ਕੇ ਆਉਣੇ ਹੁੰਦੀ ਹੈ ਭਈਏ ਠੀਕ ਹੈ ਜੀ ਓਹੋ ਆਹ ਠੀਕ ਹੁਣ ਠੀਕ ਹੈ ਇਹਨੂੰ ਸਾਈਡ ਤੇ ਲਾ ਦਗੇ ਆਹ ਕੀ ਰੂਟਾ ਵੀਟਰ ਕੱਢਾਂਗੇ ਭਈ ਇਹਦਾ ਆਪਾਂ ਇਹ ਬਾਸ ਬਈ ਜਾ ਲੋ ਜੀ ਆਪਣੀ ਬੈਟਰੀ ਸ਼ਾਰਟਲੀ ਬੈਟਰੀ ਆਪਣੇ ਕੋਲੇ ਹੀ ਹੁੰਦੀ ਹੈ ਤੇ ਆ 33 ਦੀ ਖੜਾ ਆਪਣਾ ਤੇ ਅੱਜ ਮਿੱਤਰੋ ਆਪਾਂ ਲੈ ਕੇ ਚੱਲਦੇ ਆ ਯਾਰ ਆਪਣਾ 855 ਕਹਿੰਦੇ 855 ਜਿਹੜਾ ਇਹਦਾ ਕਹਿੰਦੇ ਆਇਆ ਸੀ ਨਾ ਆਪਣੇ ਕੋਲੇ ਕੰਪਨੀ ਦੇ ਕੇ ਗਈ ਸੀ ਜਿਹੜਾ ਚਲਾਉਣ ਚਲੂਣ ਵਾਸਤੇ ਕਹਿੰਦੇ ਵੀ ਤੁਸੀਂ ਦੇਖੋ ਟੈਸਟ ਕਰਕੇ ਆਪਾਂ ਭਈਏ ਲੈ ਕੇ ਆਉਣੇ ਤਾਂ ਭਈਏ ਆਪਾਂ ਲੈਣ ਚੱਲਾਂਗੇ ਮਿੱਤਰੋ 855 ਤੇ ਲੈਣ ਚੱਲਾਂਗੇ ਨਹੀਂ ਲੈਣ ਚੱਲੇ ਆ ਲਓ ਜੀ ਲਓ ਕਹਿੰਦੇ ਭਈਆਂ ਬੈਠਿਆ ਵੀ ਕਿਸੇ ਦੀ ਹੋਰ ਮੋਟਰ ਤੇ ਉਹ ਥੋਪਾ ਲੈ ਕੇ ਆਉਣੇ ਚੜਾ ਕੇ ਤੇ ਆਪਣੀ ਪਨੀਰੀ ਪਨੂਰੀ ਵੀ ਪਟਾਉਣੀ ਆ ਤਾਂ ਪਹਿਲਾਂ ਉੱਥੇ ਲੈ ਕੇ ਚੱਲਾਂ ਆਂ ਪਨੀਰੀ ਕੋਲੇ ਠੀਕ ਐ ਲਓ ਬਈ ਕੱਟਤਾ ਕਰੋ ਕਹਿੰਦੇ ਹੈ ਕੱਟਤਾ ਕਰੋ ਨੀ ਘਰੋਂ ਤੋਰ ਪੇ ਕੱਟਤਾ ਕਰੋ ਬਈ ਇਹ ਤਾਂ ਗਲਤ ਕੰਮ ਹੋ ਗਿਆ ਸੀ ਨਾ ਲਓ ਜੀ ਲਓ ਚੱਲ ਗਏ ਦਵਾ ਦਵਾ ਲਓ ਮੇਟਰ ਰਾਤ ਦਾ ਵੀਊ ਥੋੜਾ ਜਿਹਾ ਐਦਾਂ ਹੁੰਦਾ ਸਵੇਰ ਦਾ ਔਰ ਹੀ ਰਾਤ ਦਾ ਕਹਦਾ ਸੀ ਤਾਂ ਹੁਣ ਆਪਾਂ ਚਾਲਦੇ ਆਂ ਮਿੱਤਰੋ ਪਈਓ ਪਈ ਹੋ ਕੇ ਆਪਣਣ ਜਿਹੜੇ ਭਈਏ ਹੈਗੇ ਉਹਨਾਂ ਕੋਲੇ ਲਓ ਜੀ ਚੌਥਾ ਗੇਅਰ ਲਾਤਾ ਬਈ ਇੱਥੇ ਆਪਣਾ ਪਾਣੀ ਬੂਣੀ ਛੱਡਿਆ ਹੀ ਪਿਆ ਹਜੇ ਬਾਹਣ ਚ ਤਾਂ ਨਹਿਰ ਦੀ ਬਾਰੀ ਆ ਬਈ ਖੁੱਲੀ ਬਾਰੀ ਆ ਆਪਣੇ ਹੀ ਸਾਰੇ ਬਾਹਣ ਹੈਗੇ ਤਾਂ ਕਰਕੇ ਵੀ ਆਪਾਂ ਚੱਕਰੀ ਕੋਈ ਨਹੀਂ ਕਹਿੰਦੇ ਮਿੱਤਰੋ ਦੱਬੀ ਚੱਲੋ ਕੰਮ ਕਹਿੰਦੇ ਓਏ 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 ਪਈ ਬਈ ਪਈ ਪਿਛੇ ਰਹੀ ਸੀ ਬਈ ਪਿਛੇ ਰਹੀ ਬਈ ਦੇ ਦਾਨੇ ਨੇ ਰੇ ਬਈ ਨਹਿਰਾ ਹੀ ਆ ਤੁੰਦਰੋ ਪਿਛੇ ਟਰਾਲੀ ਦੇ ਵੀ ਟਾਇਰਾਂ 'ਚ ਪਲੈਟਾਂ ਪਾਈਆਂ ਹੋਈਆਂ ਬਈ ਕਿੱਛ ਓਹੋ ਚੱਕਰ ਵਹਿ ਗਿਆ ਸੀ ਚੱਕਰ ਵਹਿ ਗਿਆ ਸੀ ਲਓ ਜੀ ਲਓ ਫੇਰ ਹੁੰਦੀ ਜਾਂਦੀ ਆ ਪੰਜ ਦਾ ਟਾਈਮ ਐ ਲਓ ਜੀ ਲਓ ਕੱਦੂ ਵਾਲੇ ਵਾਹਣ ਕੋਲ ਦੀ ਕਹਿੰਦੇ ਜਾਂਦੇ ਹੋਏ ਮੁੰਡੇ ਦੇਖਦਾ ਕੁਛ ਨਹੀਂ ਬਾਈ ਚਲੋ ਤੁਹਾਨੂੰ ਜਿਵੇਂ ਚਾਹਣ ਨਾਲ ਜਾਂ ਹੁੰਦਾ ਥੋੜਾ ਜਿਹਾ ਫੇਰ ਦਿਖਾਉਨੇ ਆ ਕੁਛ ਨਾ ਕੁਛ ਲਓ ਵੀ ਮਤਰੋ ਕਹਿੰਦੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਪੈ ਰਹੀਆਂ ਵਾਹਣਾ 'ਚ ਤੇ ਤੁਸੀਂ ਵਿਊ ਚੈੱਕ ਕਰ ਸਕਦੇ ਹੋ ਬਾਈ ਸੋਨਾ ਆ ਰਿਹਾ ਤੇ ਆਪਾਂ ਚੱਲਦੇ ਆਂ ਤੇ 6 ਵਜ ਗਏ ਆਪਾਂ ਨੂੰ ਘਰੋਂ ਤੁਰਨ ਹੋਗੇ 20 ਮਿੰਟ ਪਈਆਂ ਦੇ ਬਾਈ ਥੋੜਾ ਇਹ ਹੌਲੀ ਜਾਣਾ ਪੈਂਦਾ ਮਿੱਤਰੋ ਤਾਂ ਜੋ ਆਪਣਾ ਟਰੈਕਟਰ ਵੀ ਹੈਗਾ ਨਵਾਂ ਕੰਪਨੀ ਵਾਲਾ ਦਾ ਟਰੈਕਟਰ ਹੈ ਤੇ ਇਹਦਾ ਨੁਕਸਾਨ ਵੀ ਨਾ ਹੋ ਜੇ ਤੇ ਟਰਾਲੀ ਵੀ ਬਾਈ ਉਹਨਾਂ ਦੀ ਹੈ ਆਪਣਾ ਇਹ ਚ ਕੁਝ ਨਹੀਂਗਾ ਆਪਾਂ ਬਸ ਘਰੇ ਖੜਾ ਸੀ ਆਪਾਂ ਚੱਕ ਕੇ ਲਿਆਏ ਆ ਕਿਉਂਕਿ ਜਿਹੜੇ ਵੱਡੇ ਫਾਰਮਰ ਹੁੰਦੇ ਆ ਤੁਹਾਨੂੰ ਪਤਾ ਮੁੰਡਿਆ ਦੇ ਜਾਂਦੇ ਟਰੈਕਟਰ ਉਹਨਾਂ ਨੂੰ ਵੀ ਜੇ ਤੁਸੀਂ ਆਪ ਦਾ ਬਾਈ ਚਲਾ ਚਲੂ ਕੇ ਦੇਖ ਲਓ ਤੁਹਾਨੂੰ ਕਿਵੇਂ ਸੈੱਟ ਲੱਗਦੇ ਆ ਤੇ ਮੇਰੇ ਹਿਸਾਬ ਨਾਲ ਤਾਂ ਹਜੇ ਤੱਕ ਆਪਾਂ ਠੀਕ ਜਾ ਰਹੇ ਆ ਪਈਆਂ ਦੇ ਜਾਣਾ ਬਾਈ ਕਿਉਂਕਿ ਮੋਟਰ ਤੇ ਜਾਣਾ ਆਪਾਂਗੇ ਦੀਤੇ ਜੀ ਝੜਕਦੇ ਜਾਂਦੇ ਬਈ ਆਪਾਂ ਨੂੰ ਵਾਰਟ ਜਾਦੇ ਪੈਂਦੀ ਐ ਇਧਰ ਲਈ ਬਈ ਚੱਲਦੇ ਆ ਆਪਾਂ ਆਪਾਂ ਇਧਰ ਪਹਿਲਾਂ ਕਦੇ ਆਏ ਨਹੀਂ ਯਾਰ ਤਾਂ ਕਰਕੇ ਥੋੜਾ ਪਤਾ ਘੱਟ ਆ ਜੀ ਪਤਾ ਹੁੰਦਾ ਨਾ ਫਿਰ ਤਾਂ ਆਪਾਂ ਪੈਂਟੀ ਤੁਰ ਜਾਂਦੇ ਸਾਰੇ ਵਾਣ ਆਪਣੀ ਆ ਮਿੱਤਰੋ ਇਹ ਪਰ ਆਪਾਂ ਕਦੇ ਕਿਉਂ ਗੇੜੇ ਨਹੀਂ ਮਾਰਿਆ ਕਿਉਂਕਿ ਇਹ ਆਪਾਂ ਜਿਹੜੇ ਪਿੰਡ ਹੈਗੇ ਆ ਇੱਥੇ ਘੱਟ ਹੀ ਆਈਦਾ ਝੋਨੇ ਦੇ ਸੀਜ਼ਨ ਵੇਲੇ ਆਈਦਾ ਕਣਕ ਕਣਕ ਦਾ ਆਪਣੇ ਸੀਰੀ ਦਿਹਾੜੀ ਵੱਢ ਲੈਂਦੇ ਆ ਕਦੇ-ਕਦੇ ਹੀ ਗੇੜਾ ਮਾਰ ਲਈਦਾ ਲਓ ਜੀ ਲੋ ਅਨੇ ਬਈ ਕੱਸੀ ਦੇ ਨਾਲ-ਨਾਲ ਜਾਂਦੇ ਹੋਏ ਕਹਿੰਦੇ ਕੱਸੀ ਸੂਆ ਜੋ ਵੀ ਤੁਹਾਨੂੰ ਸੈੱਟ ਲੱਗੇ ਉਹ ਤੁਸੀਂ ਕਹਿ ਸਕਦੇ ਆ ਚਲੋ ਜੀ ਐਂਡ ਦਾ ਕਹਿੰਦੇ 35 ਦੇ ਭਜਦਾ ਹੈ ਹਾਈ ਤੀਜੇ ਚ ਉਹ ਵੇਖੀਓ ਕਾਮ ਅੱਡ ਜਾ ਕਰਾਂ ਮੈਂ ਆਵਾ ਹੈ ਲਓ ਜੀ ਲਓ ਅਨੇ ਮੈਨੂੰ ਲੱਗਦਾ ਸ਼ੜਕ ਆਉਣ ਵਾਲੀ ਐ ਲਓ ਵੀ ਮਿੱਤਰੋ ਹੁਣ ਕਹਿੰਦੇ ਵੀਊ ਦੂਜਾ ਦਿਖਾ ਦਈਏ ਤੁਹਾਨੂੰ ਕਰੋ ਚੈੱਕ ਬਾਕੀ ਵਾਜ ਸੋਣੀ ਏ ਰੈਕਟਰ ਦੀ ਪਰਲੀ ਪਈ ਵੀ ਆ ਜਾਂਦੀ ਬਈ ਇੱਧਰੋਂ ਉਹ ਪਰਲੇ ਪਾਸੋਂ ਆ ਜਾਂਦੀ ਪਰਲੀ ਬਈ ਉਹ ਵੀ ਆ ਪਾ ਸਕਦੇ ਸੀਗੇ ਲਓ ਜੀ ਲਓ ਕਹਿੰਦੇ ਵੈਰੀ ਗੁੱਡ ਸੀਨ ਹੋਇਆ ਪਿਆ ਸੋਣਾ ਬਈ ਸਵੇਰ ਦਾ ਟਾਈਮ ਵਧੀਆ ਹੁੰਦਾ ਕੰਮ ਕਰਨ ਵਾਸਤੇ ਤਾਂ ਹੀ ਬਾਈ ਜਿਹੜੇ ਆਪਣੇ ਭਈਏ ਹੁੰਦੇ ਆ ਛੇਦੀ ਛੇਦੀ ਕੰਮ ਨਿਵੇੜਦੇ ਆ ਉਹ ਕਿਉਂਕਿ ਸਵੇਰੇ ਕੰਮ ਸ਼ੁਰੂ ਕਰਦੇ ਆ ਤਾਂ ਵਧੀਆ ਰਹਿੰਦਾ ਕੰਮ ਲਓ ਵੀ ਮਿੱਤਰੋ ਸੜਕ ਆ ਗਈ ਐ ਇੱਥੇ ਦੂ ਗਾਂ ਜਾ ਕੇ ਥੋੜਾ ਜਿਹਾ ਉੱਥੇ ਮੋਟਰ ਆ ਗਈ ਹੈ ਜੇ ਉਹ ਪਾਈ ਜੇ ਉਹ ਪਿਛਲੀ ਪਈ ਮੁੜ ਜਾਂਦੀ ਨਾ ਆਪਾਂ ਬਿਲਕੁਲ ਬਈ ਉਹਨਾਂ ਦੇ ਕੋਲੇ ਹੀ ਪਹੁੰਚ ਜਾਣਾ ਸੀਗਾ ਦੇਖੀਓ ਭਰਾਵਾ ਕੋਈ ਹੁੰਦਾ ਤਾਂ ਨਹੀਂ ਸਹੀ ਹੈ ਚਲੋ ਜੀ ਆਹਾਂ ਸਿੱਧਾ 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 ਬਈ ਸਿੱਧਾ ਹਾਂ ਬਈ ਆ ਗਈ ਹੋ ਗਿਆ ਤੇ ਇਹ ਆਂਦਾ ਡਰਾਵਣਾ ਮਾਹੌਲ ਆ ਬਈ ਨੇਰੇ ਜਾ ਆਂਦੇ ਤੇ ਹੋਰ ਡਰ ਲੱਗਣਾ ਸੀਗਾ ਤੇ ਬਿਆਂ ਕੋਲੇ ਆ ਗਏ ਸੀਗੇ ਲਓ ਜੀ ਆਹ ਲਵ ਯੂ ਕਰ ਲਗੇ ਇਚ ਜਿਆਦਾ ਕੰਟਰੋਲ ਹੁੰਦਾ ਆਪਣਾ 855 ਜਿਹੜਾ ਹੈਗਾ 4x4 ਕਹਿੰਦੇ ਦੱਬੀ ਦੁਰੀ ਚਲੋ ਕਹਿੰਦੇ ਦੱਬੀ ਦੁਰੀ ਆ ਛੋਟਾ ਜਿਹਾ ਪੈਚ ਹੁੰਦਾ ਨਾ ਕਿਤੇ ਇੱਥੇ ਸਿੱਧਾ ਆਪਾਂ ਇੱਥੇ ਪਹੁੰਚਾਂ ਸੀ ਬਈ ਨਾ ਪਰ ਵਾਣ ਵੀ ਤਾਣੀ ਕੱਢਾ ਯਾਰ ਕਿਉਂਕਿ ਬਈ ਫਸਲ ਹੈਗੀ ਆ ਲਾਈ ਵੀ ਗੇਨ ਹੈ ਨਾ ਆਪਾਂ ਠੇਕੇ ਦਿੱਤੀ ਵੇ ਬਈ ਅੱਧੀ ਪੈਲੀ ਅੱਧੀ ਆਪਣੇ ਕੋਲੇ ਅੱਧੀ ਠੇਕੇ ਤੇ ਆ ਲਓ ਜੀ ਦੱਬੀ ਦੁਰੀ ਚਲੋ ਕਹਿੰਦੇ ਦੱਬੀ ਦੁਰੀ ਚਲੋ ਚੌਥਾ ਹਾਈਟ ਹੋ ਤਾ ਜੋ ਚੌਥਾ ਹਾਈ ਬਾਦ ਨੇ ਨਾ ਬਈ ਰੀਅਸ ਕੱਟ ਹੁੰਦੀ ਆ ਤੋ ਧੂਆਂ ਦਿਖਾਉਣਾ ਥੋੜਾ 39 ਦੀ ਸਪੀਡ ਐਸ ਟਾਈਮ ਲਓ ਜੀ ਲਓ ਕਹਿੰਦੇ ਲੈ ਆ ਗਈ ਮੋਟਰ ਕਹਿੰਦੇ ਜਿਹੜੀ ਮੋਟਰ ਤੇ ਪਾਉਣਾ ਸੀ ਨਾ ਉਹ ਮੋਟਰ ਆ ਚੁੱਕੀ ਹੈ ਬਈ ਲਓ ਜੀ ਕਰ ਦਈਏ ਵੀਊ ਚੇਂਜ ਲਓ ਬਈ ਬੰਦੇ ਇਕੱਠੇ ਹੋਏ ਖੜੇ ਆ ਕਹਿੰਦੇ ਬਾਹਰ ਕੋਲੇ ਲਓ ਬਈ ਲਓ ਚੱਲ ਗਏ ਚੱਲ ਗਏ ਦਵਾ ਦਵ ਥਾਲੀ ਬੈਕ ਲਾ ਲ ਗਏ ਨਾ ਉਧਰ ਨੂੰ ਆਪਾਂ ਕਿਉਂਕਿ ਉਧਰੋਂ ਫਿਰ ਮੁੜਨ ਨਹੀਂ ਨੀਗੀ ਹਣ ਲਾਓ ਬਈ ਮਿੱਤਰੋ બસ ਅੱਛਾ ਚਲੋ ਭਾਈ ਲਾ ਫਿਰ ਮਤਰਾ ਕਰਦੇ ਬੈਕ ਬੈਕ ਚਲੋ ਭਾਈ ਚਲੋ ਭਾਈ ਚਲੋ 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 ਕੱਟੀਆਂ 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 ਮੁਰੋਂ ਕੀ ਆ ਗਿਆ ਖੜ ਜਾ ਭਾਈ ਦਿੰਨੇ ਆ ਥਾਂ ਤੈਨੂੰ ਖੜ ਜਾ ਉਹ ਨਾਂਗੇ ਜੇਗਾ ਫਿਰ ਦੱਸ ਇੱਕ ਮਿੰਟ ਜਗਾ ਹੈਣੀ ਇਹਨਾਂ ਨੂੰ ਯਾਰ ਤੂੰ ਹਾਰਨ ਮਾਰਦਾ ਨਹੀਂ ਟੰਬਾ ਮਾਰਨਾ ਦੇਖ ਲੈ ਭਰਾ ਬਣਦਾ ਕੀ ਹੈ ਉਹ ਕੋਰ ਆ ਗਿਆ ਬਈ ਯਾਰ ਉਹ ਬਈ ਮੋੜ ਲੈਣ ਦੋ ਮੋੜ ਲੈਣ ਦੋ ਯਾਰ ਮੋੜ ਲੈਣ ਦੋ ਕਿਉਂ ਨਹੀਂ ਜਰਾਣ ਦਿੰਦੀ ਤੁਹਾਨੂੰ ਆਪਾਂ ਯਾਰ ਪਰਲੇ ਪਾਸ ਹੀ ਲਾਲ ਗਏ ਬਈ ਇਹਨੂੰ ਕਿ ਖੜ ਜਾ ਖੜ ਜਾ ਉਹ ਤੇਰੀ ਉਹ ਅੱਗੇ ਜਾ ਗਿਆ ਸੀਗਾ ਆਪਾਂ ਇਧਰ ਹੀ ਲਾ ਲੈਨੇ ਆ ਬਈ ਇਹਨਾਂ ਨੇ ਤਾਂ ਟੈਂ ਟੈਂ ਪੀਂ ਪੀਂ ਕਰੀ ਜਾਣਾ ਕਿਉਂਕਿ ਇਹਨਾਂ ਨੇ ਬਈ ਸਮਾਨ ਸਬੂਨ ਚੱਕਣਾ ਜਿਹੜਾ ਆਪਣੇ ਭਾਈਏ ਖੜੇ ਆ ਤਾਂ ਉਹਨਾਂ ਨੂੰ ਫਿਰ ਟਾਈਮ ਲੱਗ ਹੀ ਜਾਊਗਾ ਬਈ ਲਓ ਜੀ ਐਚ ਠੀਕ ਹੈ ਹਾਂ ਹੁਣ ਇਹ ਜੋ ਕੀ ਹੋ ਗਿਆ ਟੱਪ ਜਾ ਬਈ ਟੱਪ ਜਾ ਸੀ ਕੁਝ ਨਹੀਂ ਕਹਿੰਦੇ ਤੈਨੂੰ ਲਓ ਜੀ ਹੁਣ ਆਪਾਂ ਚੱਲਦੇ ਆਂ ਇਹਨਾਂ ਕੋਲੇ ਤੇ ਕੀ ਕਹਿੰਦੇ ਦੇਖੀਏ ਕਹਿੰਦੇ ਤਾਂ ਲਓ ਵੀ ਮਿੱਤਰੋ ਆਪਣੇ ਜਿਹੜੇ ਬਈਏ ਹੈਗੇ ਉਹ ਬਹਿ ਚੁੱਕੇ ਆ ਟਰਾਲੀ ਦੇ ਵਿੱਚ ਤੇ ਹੁਣ ਆਪਾਂ ਚੱਲਦੇ ਆਂ ਬਈ ਸਿੱਧਾ ਆਪਣੇ ਜਿੱਥੇ ਪਨੀਰੀ ਵੀਜੀ ਵੀ ਉਸ ਖੇਤ ਤੇ ਲੈ ਬਈ ਲੈ ਹੁਣ ਪਿੱਛੋਂ ਬਾਹਲਾ ਕੁਛ ਆਈ ਜਾਂਦਾ ਯਾਰ ਉਹਨੂੰ ਲੰਘ ਹੀ ਜਾਣ ਦੀ ਹੈ ਨਾ ਚਲੋ ਜੀ ਚਲੋ ਚੱਲ ਗਏ ਆਪਾਂ ਸਿੱਧਾ ਉੱਥੇ ਬਈ ਪਨੀਰੀ ਵਾਲੇ ਖੇਤ ਬਾਹਲਾ ਟਾਈਮ ਨਹੀਂ ਵੇਸਟ ਕਰਦੇ ਲਓ ਬਾਈ ਮਿੱਤਰੋ ਕਹਿੰਦੇ ਪੂਰਾ ਘੰਟਾ ਲੱਗ ਗਿਆ ਆਪਾਂ ਨੂੰ ਇੱਥੇ ਪਹੁੰਚਣ ਚ ਤੇ ਹੁਣ ਆਪਾਂ ਥੋੜਾ ਜਿਹਾ ਪਈਆਂ ਚ ਉਲਝ ਗਏ ਮਿੱਤਰੋ ਪਈਆਂ ਆ ਠੀਕ ਐ ਇਧਰਲੀ ਚਲੋ ਬਾਈ ਤਾਂ ਚੱਲ ਗਏ ਬਾਈ ਲੈ ਕੇ ਦਵਾ ਦਵਾ ਯਾਰ ਪਟਾਈਏ ਪਨੀਰੀ 8 ਵਜ ਗਏ ਘੰਟਾ ਤੋਂ ਘੰਟੇ ਪਨੀਰੀ ਪੱਟਣ ਦੇ ਲਾਉਣਗੇ ਕਿਉਂਕਿ 2 ਕਿੱਲੇ ਆਪਣੇ ਕੋਲੇ ਤੇ 2 ਕਿੱਲਾਂ ਦੀ ਪਨੀਰੀ ਪੱਟ ਕੇ ਲੈ ਚਲਦੇ ਆ ਅੱਜ ਆਪਾਂ ਬਾਕੀ ਦੀ ਕੱਲ ਨੂੰ ਦੇਖਾਂਗੇ ਤੇ ਆ ਦਿਖਾਉਨੇ ਤੁਹਾਨੂੰ ਆਪਾਂ ਇੱਥੇ ਪਨੀਰੀ ਆਪਣੀ ਤੇ ਆ ਦੇਖੋ ਬਈ ਅੱਗੇ ਨੇ ਪੱਠੇ ਪੱਠੇ ਵੀ ਜਿ ਰੱਖੇ ਹਨ ਕੈਂਟ ਘਮ ਐ ਤੇ ਲਓ ਬਾਈ ਆ ਸਾਹਮਣੇ ਜਿਹੜਾ ਵਾਹਣ ਉਣਾ ਪਾਇਂ ਦੇਖਣਾ ਵੀ ਆਪਾਂ ਦਾ ਟਰੈਕਟਰ ਜਾਊ ਕਿਹੜੇ ਪਾਸੇ ਦੀ ਇਹ ਚ ਉਹ ਸੀ ਮਨ ਲਾ ਦੁਦਰ ਦੀ ਚਲੋ ਜੀ ਚਲੋ ਉਧਰ ਲੈ ਚੱਲੀ ਆਪਾਂ ਉੱਥੇ ਜਾ ਕੇ ਇਹਨਾਂ ਨੂੰ ਬਈ ਤਾਰ ਗਏ ਤੇ ਵਿਚਾਰੇ ਪੱਟਣ ਲੱਗਣ ਦਾ ਵਾਦਾ ਹੈ ਨਾ ਕੰਮ ਸ਼ੁਰੂ ਕਰਨਾ ਆਪਦਾ ਤੇ ਚਲੋ ਜੀ ਚਲੋ ਵਾਦਾ ਦਾ ਕਹਿੰਦੇ ਇਧਰ ਵੀ ਖਾਲ ਹੀ ਨਹੀਂ ਕਾਲ ਨਹੀਂ ਕਾਲਣੀ ਸਹੀ ਸਹੀ ਬਈ ਪਈ ਆ ਗਈ ਆਪਣੀ ਗੁਲੀ ਤੋਂ ਮੋੜ ਦਈਏ ਬਈ ਚਲੋ ਜੀ ਲਾ ਲੀਏ ਤੇ ਸਾਈਡ ਦੇ ਕਰਕੇ ਤੇ ਪਟਾ ਲੀਏ ਪਨੀਰੀ ਕਹਿੰਦੇ ਇਹ ਬੱਸ ਬਈ ਓਏ ਰੋਕਦੇ ਲਓ ਮਿੱਤਰੋ ਕਹਿੰਦੇ ਆਪਣੇ ਜਿਹੜੇ ਬਈਏ ਸੀਗੇ ਉਹ ਉੱਤਰ ਚ ਕਿ ਟਰਾਲੀ ਚੋਂ ਤੇ ਕਹਿੰਦੇ ਦੇਖੀ ਜਾਂਦੇ ਆਪਣੀ ਦੀ ਪੂਰੀ ਸੈਟ ਆ ਕਹਿੰਦੇ ਸਰਦਾਰ ਜੀ ਚੜਾ ਲੱਗਿਆ ਪਿਆ ਕਹਿੰਦੇ ਲਓ ਬਈ ਮੈਂ ਕਿਹਾ ਬੱਜੀ ਦੀ ਛੇਦੀ ਛਦੀ ਨੂੰ ਪੱਟੋ ਵੀ ਇਹ ਦੇਖਣ ਨਾਲ ਕੋਈ ਨਹੀਂ ਹਣਾ ਜਿਬੇ ਹੱਥ ਪਾਈ ਘੜਿਆ ਬਈ ਆਏ ਆ ਨਾ ਹੁਣੇ-ਹੁਣੇ ਤਾਂ ਕਰਕੇ ਪੈਂਟਾ ਪੁੰਡਾ ਚਾੜ ਹੀ ਆਈਆਂ ਹੁਣ ਕੱਚੀਆਂ ਚ ਹੋਣਗੇ ਇਹ ਹੌਲੀ-ਹੌਲੀ ਲਓ ਵੀ ਮਿੱਤਰੋ ਪਨੀਰੀ ਪੱਟ ਲਈ ਐ ਤੇ ਕਹਿੰਦੇ ਰੱਖਤੀ ਵਿੱਚ ਟਰਾਲੀ ਤੇ ਤੇ ਮੋੜਦ ਗਏ ਬਈ ਦਵਾ-ਦਵ ਆ ਪਤਾ ਨਹੀਂ ਬਈ ਕੀ ਦਾ ਸੀਗਾ ਆਪਾਂ ਮਿਲਤਾ ਪਰ ਲੋ ਵੀ ਭਈ ਇਹ ਕਹਿੰਦੇ ਅਸੀਂ ਆਉਨੇ ਤੁਰ ਕੇ ਸਰਦਾਰ ਜੀ ਤੁਸੀਂ ਚਲੋ ਕਹਿੰਦੇ ਮੈਂ ਵੀ ਠੀਕ ਹੈ ਭਈ ਮਿੱਤਰੋ ਮੰਨਣੀ ਪੈਣੀ ਆ ਭਈ ਮੰਨਣੀ ਪੈਣੀ ਆ ਭਾਈ ਭਾਈ ਦੇਖੋ 4 4 ਆਪਣਾ ਬਿਲਕੁਲ ਵੀ ਨਹੀਂ ਦਬਦਾ ਹੋਇਆ ਤੇ ਚੜ ਗਿਆ ਭਈ ਚੜ ਗਿਆ ਜਣ ਗਿਆ ਜਣ ਗਿਆ ਚਲੋ ਜੀ ਚੱਲ ਗਏ ਹੁਣ ਆਪਾਂ ਸਿੱਧਾ ਭਈ ਆਪਣੇ ਖੇਤ ਜਿੱਥੇ ਆਪਾਂ ਕੀਤਾ ਬੈ ਕੱਦੂ ਤੇ ਦਵਾ ਦਾ ਭਈ ਜਾ ਕੇ ਤੇ ਭਈ ਆਈ ਇਹਨਾਂ ਨੂੰ ਫੋਨ ਕਰਕੇ ਭਈਆਂ ਨੂੰ ਭਈ ਆਜੋ ਭਈ ਮੈਂ ਤਾਂ ਪਹੁੰਚ ਗਿਆ ਠੀਕ ਹੈ ਓ ਭਈ ਹੌਲੀ ਦੇਖੀ ਭਈ ਦੇਖੀ ਦੇਖੀ ਭਈ ਦੇਖੀ ਆ ਗਏ ਸੜਕ ਤੇ ਕਹਿੰਦੇ ਲਓ ਜੀ ਚੋਈ ਚੱਕਰ ਲਈ ਹੁਣ ਸਿੱਧਾ ਟਰੈਕਟਰ ਆਪਣੇ ਖੇਤ ਨੂੰ ਤਾਂ ਲਓ ਬਈ ਮਿੱਤਰੋ ਬਿਲਕੁਲ ਜਿਹੜਾ ਆਪਣੇ ਘਰ ਦੇ ਸਾਹਮਣੇ ਵਾਲਾ ਚੌਂਕ ਉਹਦੇ ਚ ਪਹੁੰਚ ਚੁੱਕੇ ਆਂ ਆਪਾਂ ਤੁਹਾਨੂੰ ਦਿਖਾਉਨੇ ਆ ਘਰ ਦਾ ਸਾਹਮਣਾ ਕਿਹੜਾ ਹੈ ਤੇ ਹੁਣ ਚੈੱਕ ਕਰੋ ਕਹਿੰਦੇ ਆਈ ਗੱਡੀ ਦੀ ਲੈਂਨ ਤੇ ਗੱਡੀ ਦੀ ਲੈਂਨ ਦੇ ਨਾਲ ਬਿਲਕੁਲ ਬਈ ਆਪਣੀ ਕੋਠੀ ਪਾਈ ਦੀ ਆ ਕਹਿੰਦੇ ਲਓ ਜੀ ਲਓ ਕਹਿੰਦੇ ਬਚਾ ਕੇ ਬਚਾ ਕੇ ਬਚਾ ਕੇ ਭਈ ਓਏ ਉਹ ਦੇਖੀ ਹੋ ਗਿਆ ਨਾ ਡੇਡਾ ਮੈਂ ਤਾਂ ਹੀ ਕਹਿੰਨੇ ਬਚਾ ਕੇ ਲੋ ਵੀ ਆ ਆਪਣਾ ਘਰ ਆ ਪਰ ਆਪਾਂ ਨੂੰ ਘਰੇ ਜਾਣ ਦਾ ਟਾਈਮ ਹੈ ਨਹੀਂ ਆਪਾਂ ਸਿੱਧਾ ਚੱਲਦੇ ਆ ਉੱਥੇ ਤੇ ਲਾਈਏ ਆਪਣੀ ਪਨੀਰੀ ਜਿਹੜੀ ਹੈਗੀ ਆ ਨਾ ਟਰਾਲੀ 'ਚ ਤੇ ਬਈ ਉਹ ਲਾਉਣ ਲੱਗਣਾ ਵਿਚਾਰੇ ਜਿਹੜਾ ਝੋਨਾ 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 ਹੋਈ ਪਈ ਕਹਿੰਦੇ ਲਾਓ ਜੀ ਲਾਓ ਖਿੱਚ ਦੇ ਖਿੱਚ ਦੇ ਖਿੱਚ ਦੇ ਕਹਿੰਦੇ 2 ਕਿੱਲੇ ਅੱਜ ਕਹਿੰਦੇ ਇਹ ਨਵੇੜ ਨੇ ਆ ਨਵੇੜ ਨੇ ਮਿੱਤਰੋ ਚਲੋ ਜੀ ਚੱਲ ਗਏ ਚੱਲ ਗਏ ਪਹੁੰਚ ਗਏ ਬਸ ਚੱਲ ਗਏ ਕਿੱਥੇ ਪਹੁੰਚ ਗਏ ਤੀਜਾ ਗੇਅਰ ਚੀ ਤੱਬੀ ਫਿਰਦਾ ਚੌਥਾ ਪਾਲਾ ਇਹਦਾ ਚੌਥਾ ਪਾਲਾ ਇਹਦਾ ਓ ਹੋ 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 ਬਾਟਕੇ 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 ਬਾਟਕ ਪੋਲ ਚ ਟੋਕਿਆ ਸੀ ਬਈ ਇਹ ਪੋਲ ਜਨਾ ਆਪਾਂ ਨੂੰ ਹੱਲ ਕਰਨਾ ਪੈਣਾ ਯਾਰ ਇਹ ਬਹੁਤ ਜਿਆਦਾ ਮੰਨ ਲੀਂ ਗਿਆ ਲੋ ਆਪਾਂ ਨੂੰ ਦਿੱਕਤ ਦੇ ਰਿਹਾ ਚਲੋ ਕੋਈ ਗੱਲ ਨਹੀਂ ਦੇ ਰਹਿਣ ਦੋ ਦਿੱਕਤ ਕਿੰਨੀ ਦੇ ਲੂਗਾ ਲਓ ਜੀ ਪਹੁੰਚ ਗਏ ਆਪਾਂ ਤੇ ਹੁਣ ਬਈ ਇੱਥੇ ਲਾਦ ਗਏ ਤੇ ਉਹ ਆ ਕੇ ਲਾ ਦੇਣਗੇ ਠੀਕ ਹੈ ਜੀ ਰੋਕ ਦੇ ਬਈ ਇੱਥੇ ਰੈਕਟਰ ਨਾਲ ਲਓ ਬਈ ਮਿੱਤਰੋ ਤੁਸੀਂ ਦੇਖ ਸਕਦੇ ਹੋ ਆਪਣਾ ਝੋਨਾ ਬਈ ਦੋ ਦੇ ਦੋ ਕਿਲੇ ਲੱਗ ਚੁੱਕਿਆ ਤੇ ਭਾਈ ਇਹ ਬਈ ਜਿਹੜਾ ਅਗਲਾ ਬੰਦਾ ਸੀਗਾ ਉਹ ਲੈ ਕੇ ਜਾਵੜਿਆ ਠੀਕ ਐ ਤਾਂ ਤੁਸੀਂ ਦੇਖੋ ਭਾਈ ਛੋਨਾ ਆਪਣਾ ਬਿਲਕੁਲ ਸੋਹਣਾ ਲੱਗਿਆ ਪੂਰਾ ਸੰਘਣਾ ਲਾਇਆ ਮੈਂ ਕਿਹਾ ਵੀ ਪੂਰਾ ਸੰਘਣਾ ਲਾਇਓ ਠੀਕ ਐ ਤੇ ਭਾਈ ਪੂਰੀ ਮੰਨੀ ਯਾਰ ਉਹਨਾਂ ਨੇ ਵਿਚਾਰਾ ਨੇ ਭਾਈ ਬਹੁਤ ਵਧੀਆ ਲਾਇਆ ਸੰਘਣਾ ਲਾਇਆ ਛੋਨਾ ਤੇ ਲੋ ਕਰ ਕਰੋ ਚੈੱਕ ਪੂਰੀ ਕੈਂਡ ਚੀ ਬਣ ਗਈ ਹੈ ਨਾ ਸੈਟਾ ਭਾਈ ਸੈਟਾ ਪੂਰਾ ਕੰਮ ਤਾਂ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਚ ਭਾਈ ਅਗਲੇ ਜਿਹੜੇ ਹੈਗਾ ਇਹ ਕ ਅਗਲਾ ਜਿਹੜਾ ਰਹਿ ਗਿਆ ਵਨ ਭਾਈ ਉਹਨੂੰ ਕਰਦੂ ਕਰਾਂਗੇ ਤੇ ਉੱਥੇ ਫੇਰ ਭਾਈ ਛੋਨਾ ਲਵਾਵਾਂਗੇ ਭਈਆਂ ਤੋਂ ਓਕੇ ਜੀ ਮਿਲਦੇ ਆਂ